ਉਹ ਗੁਰੂਆ ਬੰਦੇ ਮਾਰ ਨਹੀਂ ਉਦੋਂ ਪਰਾਂ ਹੋ ਉਹ ਕੀ ਕਰਨ ਡਿਆ ਵਾ ਉਦੋਂ ਪਰਾਂ ਹੋ ਉਹ ਕੀ ਕਰਨ ਡਿਆ ਵਾ ਉਦੋਂ ਪਰਾਂ ਹੋ ਉਹ ਕੀ ਕਰਨ ਡਿਆ ਵਾ ਓਏ ਜਾ ਓਏ ਪਾਪੀਆ ਮੇਰਾ ਸੁਪਨਾ ਤੋੜਤਾ ਈ ਮਹਾਂ ਮੇਰੇ ਦੁਸ਼ਮਣ ਮੇਰੇ ਦਾ ਹੀ ਉਹ ਅਜੇ ਵੱਢਣ ਹੀ ਲੱਗਾ ਹਾਂ ਉਹਨਾਂ ਨੂੰ ਦੁਸ਼ਮਣ ਉਹ ਕਿਹੜੇ ਇੱਕ ਭਲਵਾਨ ਅਤੇ ਇੱਕ ਭਾਨਾ ਭਾਨੇ ਨੇ ਕੀ ਕਰਤਾ ਹੁਣ ਉਹ ਭਾਨੇ ਨੇ ਸਾਨੂੰ ਪੁਲਿਸ ਦੇ ਹੱਥੋਂ ਫਸਾਇਆ ਵਾ ਨਾਲੇ ਤਾਂ ਸਾਥੋਂ ਪੈਸੇ ਖਾਧੇ ਹੀ ਅਤੇ ਨਾਲੇ ਸਾਡੀ ਬੇਇੱਜ਼ਤੀ ਕਰਾਈ ਹੁਣ ਮੈਂ ਇਹਨਾਂ ਕੋਲ ਬਦਲਾ ਲੈਣਾ ਚਾਹੁੰਦਾ ਭਲਵਾਨ ਦਾ ਤਾਂ ਮੈਨੂੰ ਪਤਾ ਨਹੀਂ ਹੂੰ ਭਾਨੇ ਕੋਲ ਬਦਲਾ ਤੂੰ ਲੈ ਸਕਦਾ ਜੀ ਉਹ ਕਿਵੇਂ ਜਿਹੜਾ ਥਾਣੇਦਾਰ ਬਦਲ ਕੇ ਨਵਾਂ ਆਇਆ ਨਾ ਆਪਣੀ ਮਾਸੀ ਦਾ ਮੁੰਡਾ ਵਾ ਜੇ ਕਹਿੰਦਾ ਤਾਂ ਸਵੇਰੇ ਗੱਲ ਕਰਦੇ ਹਾਂ ਉਹ ਸਵੇਰੇ ਕੋਲ ਮਿਲਣਾ ਫਿਰ ਹੁਣੇ ਹੀ ਚੱਲੀਏ ਹੁਣੇ ਖਵਾਈਏ ਭਾਨੇ ਨੂੰ ਕਾਚਾ ਬਦਾਮ ਚੱਲ ਫਿਰ ਚੱਲ ਡਬਲ ਜ਼ੀਰੋ 420 ਆ ਲੈ ਠੀਕ ਹੈ ਜਨਾਬ ਮੈਂ ਚੱਲਦਾ ਫਿਰ ਵੀ ਕੋਈ ਜ਼ਰੂਰਤ ਪਵੇ ਨਾ ਤਾਂ ਕਾਂ ਹੱਥ ਸੁਣਾ ਵੀ ਘੱਲ ਦਿਓ ਇੱਕ ਮਿੰਟ ਤੋਂ ਪਹਿਲਾਂ ਇੱਥੇ ਹਾਜ਼ਰ ਆਊਂਗਾ ਠੀਕ ਹੈ ਭਾਨਿਆ ਮੈਂ ਨੰਬਰ ਤੇਰਾ ਸੇਵ ਕਰ ਲਿਆ ਦਿਆਂਗੇ ਤੈਨੂੰ ਸੇਵਾ ਦਾ ਮੌਕਾ ਠੀਕ ਹੈ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਕੋਈ ਆਹ ਠੱਗ ਜਿਹਾ ਪਹਿਲਾਂ ਹੀ ਫਿਰਦਾ ਇੱਥੇ ਇਹ ਚਲਾਣ ਅੱਜ ਹੀ ਪੇਸ਼ ਕਰ ਦਿਓ ਚੰਗਾ ਠੀਕ ਹੈ ਸਰ ਹਾਂ ਕੱਢ ਦਿਓ ਉਹਨੂੰ ਡਾਕ 'ਚ ਅੱਜ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਸਤਿ ਸ਼੍ਰੀ ਅਕਾਲ ਆ ਮਸੇਰਾ ਕੀ ਹਾਲ ਤੇਰੇ ਬਸ ਵਧੀਆ ਜੀ ਸਤਿ ਸ਼੍ਰੀ ਅਕਾਲ ਆਓ ਬੈਠੋ 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 ਆ ਜਾਓ ਹੋਰ ਸੁਣਾ ਠੀਕ ਠਾਕ ਸਾਰੇ ਵਧੀਆ ਜੀ ਤੁਸੀਂ ਸੁਣਾਓ ਵਧੀਆ ਬਸ ਮਾਸੀ ਮਾਸੜ ਦੇ ਕੀ ਹਾਲ ਬਸ ਵਧੀਆ ਵੀਰ ਜੀ ਤੁਸੀਂ ਸੁਣਾਓ ਜਨਾਬ ਆ ਸਾਡੇ ਪਿੰਡ ਵਾਲਾ ਭਾਨਾ ਕਿੱਧਰ ਆਇਆ ਸੀ ਆ ਜਿਹੜਾ ਹੁਣ ਮਿਲ ਕੇ ਗਿਆ ਹਾਂਜੀ ਹਾਂਜੀ ਉਹ ਕੋਈ ਨਹੀਂ ਵੈਸੇ ਮਿਲਣ ਆਇਆ ਸੀ ਕਹਿੰਦਾ ਸੀ ਮੈਂ ਪਿੰਡ ਦਾ ਮੋਤਬਾਰ ਬੰਦਾ ਕਦੇ ਕੋਈ ਕੰਮ ਕੁੰਮ ਹੋਇਆ ਦੱਸਿਓ ਮੋਤਬਾਰ ਜੀ ਸ਼ਿਕੂ ਦਾ 420 ਬੰਦਾ ਜੀ ਇਹਦੀ ਕਰੋਨਾ ਦੇ ਮਰੀਜ਼ ਜੀ ਨਹੀਂ ਦਹਿਸ਼ਤ ਆ ਲੁਕਦੇ ਫਿਰਦੇ ਲੋਕ ਇੱਥੋਂ ਇਹਦਾ ਤਾਂ ਕੰਮ ਹੈ ਜੀ ਮਹਾਤੜ ਬੰਦਿਆਂ ਨੂੰ ਫਸਾਉਣਾ ਅਤੇ ਤੁਹਾਡੇ ਵਰਗੇ ਅਫਸਰਾਂ ਕੋਲੋਂ ਹਲਾਲ ਕਰਾਉਣਾ ਅਤੇ ਪਾਪ ਸਾਰਾ ਤੁਹਾਨੂੰ ਲੱਗਣਾ ਜੀ ਇਹਦਾ ਤਾਂ ਤੋਰੀ ਫੁਲਕਾ ਹੀ ਇੱਦਾਂ ਚੱਲਦਾ ਜੀ ਐਵੇਂ ਤਾਂ ਨਹੀਂ ਸਾਰੀ ਦਿਹਾੜੀ ਹੁਰਲ ਹੁਰਲ ਕਰਦਾ ਫਿਰਦਾ ਬਿਜੂ ਜਿਹਾ ਅੱਛਾ ਐਡਾ ਮਾੜਾ ਬੰਦਾ ਹੈ ਮਾੜਾ ਜਨਾਬ ਅਜੇ ਤਾਂ ਮੈਨੂੰ ਦੱਸਣਾ ਹੀ ਨਹੀਂ ਆਉਣ ਡਿਆ ਜਿੰਨਾ ਮੈਂ ਤੁਹਾਨੂੰ ਦੱਸਿਆ ਨਾ ਉਹਨੂੰ ਤੁਸੀਂ 70 ਨਾਲ ਗੁਣਾ ਕਰ ਲਓ ਐਡਾ ਮਾੜਾ ਬੰਦਾ ਹੈ ਅੱਛਾ ਕੋਈ ਚੱਕਰ ਨਹੀਂ ਛੋਟੇ ਵੀਰ ਮੈਂ ਵੀ ਇਹੋ ਜਿਹਾ ਚੋਰ ਲਟੇਰਾਂ ਨੂੰ ਸਿੱਧੇ ਕਰਨ ਹੀ ਆਇਆ ਸਿੰਘ ਆਪਣੇ ਵੇਖੀਏ ਤੁਸੀਂ ਹਾਂਜੀ ਇਹ ਤਾਂ ਤੁਸੀਂ ਬਾਜੀਰਾਓ ਸਿੰਘ ਵੀ ਵੇਖਿਆ ਹੋਣਾ ਹਾਂਜੀ ਆਤਾ ਮਾਜੀ ਸਰਕਲੀ ਲੈ ਬਸ ਤੁਸੀਂ ਮੈਨੂੰ 70 ਨਾਲ ਹੀ ਗੁਣਾ ਕਰ ਲਓ ਫਿਰ ਮੈਂ ਬਣਦਾ ਜੀ ਇਹ ਜਦੋਂ ਵਰਦੀ ਪਾਈ ਸੀ ਨਾ ਮੈਂ ਵੀ ਉਦੋਂ ਇਹੀ ਸਹੁੰ ਚੱਕੀ ਸੀ ਵੀ ਇਸ ਤਰ੍ਹਾਂ ਦਾ ਕੋਈ ਵੀ ਮਾੜਾ ਬੰਦਾ ਮੈਂ ਆਪਣੇ ਇਲਾਕੇ 'ਚ ਰਹਿਣ ਨਹੀਂ ਦੇਣਾ ਸਾਰੇ ਅੰਦਰ ਤੁੰਨਣੇ ਤੁਸੀਂ ਬਸ ਇਹਦੇ ਖਿਲਾਫ਼ ਮੈਨੂੰ ਇੱਕ ਸਬੂਤ ਲਿਆ ਕੇ ਦਿਓ ਵੇਖਿਓ ਫਿਰ ਇਹਨੂੰ ਮੈਂ ਕਿਵੇਂ ਪੁੱਠਾ ਟਾਂਕੇ ਦੀ ਖੱਲ ਲਾਉਂਦਾ ਪਰੂਫਾਂ ਦੇ ਜਨਾਬ ਢੇਰ ਲਾ ਦਾਂਗੇ ਲੈ ਬਣ ਗਈ ਫਿਰ ਗੱਲ ਕੇ ਤੁਸੀਂ ਪਰੂਫ ਲੈ ਕੇ ਆਓ ਬਾਕੀ ਮੇਰੇ 'ਤੇ ਛੱਡ ਦਿਓ ਠੀਕ ਹੈ ਜਨਾਬ ਫਿਰ ਮੈਂ ਜਾਣਾ ਜਾਂ ਉਹਦਾ ਚੰਮ ਜਾਣਾ ਹੈਂ ਇਹ ਵੀ ਬਣ ਗਈ ਗੱਲ ਅਸੀਂ ਤੁਹਾਨੂੰ ਪਰੂਫ ਲਿਆ ਕੇ ਦਿੰਦੇ ਹਾਂ ਮਿਲਦੇ ਹਾਂ ਫਿਰ ਛੇਤੀ ਠੀਕ ਆ ਚੰਗਾ ਆਇਓ ਫਿਰ ਕਿਸੇ ਦਿਨ ਚੰਗਾ ਟਾਈਮ ਕੱਢ ਕੇ ਇਹ ਬੰਦਾ ਲਿਆਂਦਾ ਮੈਂ ਵਡਾਲੇ ਜੋਲ ਤੋਂ ਅੱਛਾ ਤੇ ਇਹ ਮਰਨ ਦੀ ਐਕਟਿੰਗ ਏਡੀ ਸੋਹਣੀ ਕਰਦਾ ਨਾ ਕਿ ਇਹਨੂੰ ਆਪਾਂ PGI ਵੀ ਲੈ ਜਾਈਏ ਕਹਿਣਗੇ ਬੰਦਾ ਨਹੀਂਗਾ ਅੱਛਾ ਬੰਦਾ ਕਾਹਦਾ ਫਿਰ ਤਾਂ ਭਾਨੇ ਦੀ ਮੌਤ ਹੀ ਆ ਤੇ ਪਰ ਹੁਣ ਤੁਸੀਂ ਇਹ ਦੱਸੋ ਉਹਨੂੰ ਘੇਰੀਏ ਕਿਹੜੀ ਗਲੀ 'ਚ ਉਹ ਤੂੰ ਪਾਗਲ ਆ ਪਿੰਡ 'ਚ ਨਹੀਂ ਘੇਰਨਾ ਆਪਾਂ ਘਰ ਘਰ ਤਾਂ ਕੈਮਰੇ ਲੱਗੇ ਛਦਈਆ ਪ੍ਰੂਫ ਦੇਣਾ ਹੀ ਉਹਨੂੰ ਘੇਰੀਏ ਆਪਾਂ ਪਿੰਡੋਂ ਬਾਹਰ ਪਰ ਪਿੰਡੋਂ ਬਾਹਰ ਕਿੱਥੇ ਉਹ ਜਾਂਦਾ ਆਪਣੀ ਮੋਟਰ 'ਤੇ 2 ਵਾਰ ਦਿਨ 'ਚ ਪਹਿਲੇ ਟਾਈਮ ਨਾਲ ਹੀ ਉਹਨੂੰ ਰਗੜ ਦਈਏ ਦੂਜੇ ਟਾਈਮ ਨਾਲ ਤੋਂ ਥਾਣੇ ਬੈਠਾ ਹੋਵੇ ਪਰ ਪਿੰਡੋਂ ਬਾਹਰ ਨਿੱਧਰ ਹੀ ਤਾਂ ਨਿੱਧਰ ਹੀ ਕਿ ਫਿਰ ਪਾਵਰਾਂ ਕੀ ਹੋਈਆਂ ਆਪਾਂ 3-4 ਜਾਣੇ ਆ ਰੌਲਾ ਰੱਪਾ ਪਾ ਕੇ ਆਪਾਂ ਉਹਦੀ ਵਾਹ ਜਾਣ ਦੇਣੀ ਆ ਆਪਾਂ ਲੈ ਨਾ ਖਿੱਚ ਤੂੰ ਇਹਨੂੰ ਥਾਣੇ ਅਤੇ ਉਹਨੂੰ ਆਪਾਂ ਦੇਣਾ ਉੱਥੇ ਰਗੜ ਠੀਕ ਹੈ ਕਰ ਲਏਗਾ ਨਾ ਆਪਾਂ ਪੂਰੇ ਨਜ਼ਾਰੇ ਬੰਨਾਂਗੇ ਤੇ ਬਸ ਠੀਕ ਹੈ ਫਿਰ ਤੁਸੀਂ ਇੱਦਾਂ ਕਰੋ ਮੇਰੀ ਕਰੋ ਤੁਸੀਂ ਪਿੰਡ ਦੇ ਬਾਹਰ ਵੇਟ 1 ਮਿੰਟ 'ਚ ਮੈਂ ਵੀ ਆ ਗਿਆ
ਨਹੀਂ ਨਾ ਤੇਰੇ ਤੇ ਹੀ ਗੇਮ ਸਾਰੀ ਨਾ ਨਾ ਪਦੇ ਫੱਟੇ ਚੱਕ ਦਾਂਗੇ ਹੈਲੋ ਇਧਰੋਂ ਤੇ ਨਿਕਲ ਆਇਆ ਜੇ ਤੇ ਮੈਂ ਵੀ ਇਹਦੇ ਮਗਰੇ ਆ ਗਿਆ ਜੇ ਬਸ ਅਸੀਂ ਵੀ ਤਿਆਰ ਹੀ ਆ ਤੇ ਲੋ ਜਾ ਠੀਕ ਤੇ ਮੈਂ ਤੈਨੂੰ ਉੱਥੋਂ ਲੈ ਜਾ ਠੀਕ ਮੈਂ ਤੈਨੂੰ ਇਸ਼ਾਰਾ ਕਰ ਦੂੰਗਾ ਠੀਕ ਉਹ ਭਾਰੇ ਨੇ ਬੰਦਾ ਮਾਰਤਾ ਹੀ ਓਏ ਉਹ ਭਾਰੇ ਨੇ ਬੰਦਾ ਮਾਰਤਾ ਸ਼ਰਿਆਮ ਭਾਰੇ ਨੇ ਬੰਦਾ ਮਾਰਤਾ ਹੀ ਓਏ ਉਹ ਕਹਿਰ ਕਰਤਾ ਹੀ ਉਹ ਲਾਸ਼ ਚੁੱਕੋ ਥਾਣੇ ਲੈ ਕੇ ਚੱਲੀਏ ਓਏ ਉਹ ਚੁੱਕੋ ਲਾਸ਼ ਨੂੰ ਥਾਣੇ ਲੈ ਚੱਲੀਏ ਓਏ ਉਹ ਤੇਰਾ ਦਿਮਾਗ ਖਰਾਬ ਹੋਇਆ ਐਕਸੀਡੈਂਟ ਹੋ ਜਾਏ ਲੋਕੀ ਹਸਪਤਾਲ ਖੜਦੇ ਤੂੰ ਕੀ ਜਾਣਾ ਥਾਣੇ ਲੈ ਕੇ ਚੱਲੀਏ ਥਾਣੇ ਲੈ ਕੇ ਚੱਲੀਏ ਲਾਸ਼ ਕੋਈ ਫਾਇਦਾ ਨਹੀਂ ਵੀਰ ਬਹੁਤ ਲੇਟ ਹੋ ਗਏ ਆ ਹੁਣ ਲਾਸ਼ ਨੂੰ ਥਾਣੇ ਲੈ ਕੇ ਜਾਣਾ ਪੈਣਾ ਓਏ ਇਹਨੂੰ ਇਨਸਾਫ ਨਹੀਂ ਦਿਵਾਉਣਾ ਉਹ ਤੇਰਾ ਭਲਾ ਜੇ ਤੇਰਾ ਕਰਤਾ ਹੀ ਕੰਮ ਉਹ ਤੇਰਾ ਰਵੇ ਕੱਖ ਨਾ ਤੇਰਾ ਭਾਨਿਆ ਰੁਕ ਜਾ ਓਏ ਸਭ ਸਮਝ ਗਿਆ ਮੈਂ ਕੀ ਸਮਝ ਗਿਆ ਵਾ ਕੁਛ ਨਹੀਂ ਹੋਇਆ ਇਹਨੂੰ ਪਈ ਆ ਮਿਰਗੀ ਐਵੇਂ ਮਿਰਗੀ ਪਈ ਆ ਸਾਡੇ ਸਾਹਮਣੇ ਮੋਟਰਸਾਈਕਲਾਂ ਵੱਜ ਕੇ ਡਿੱਗਾ ਵਾ ਕੜੰਮ ਕਰਕੇ ਡਿੱਗਾ ਕੜਾਚੀ ਹੋ ਗਿਆ ਵਾ ਇਹ ਤਾਂ ਕਿਤੇ ਦਾ ਕਿਤੇ ਚਲ ਗਿਆ ਵਾ ਉਹ ਬਹੁਤੀ ਦੂਰ ਨਹੀਂ ਗਿਆ ਇਹਨੂੰ ਮੋੜ ਲਿਆਉਂਦੇ ਹਾਂ ਇਹਦਾ ਕਰਨਾ ਆਪਾਂ ਦੇਸੀ ਇਲਾਜ ਇਹਨੂੰ ਸੰਘਾਉਣੀ ਆ ਜੁੱਤੀ ਇੰਨੇ ਹੋਏ ਨਾ 9x9 ਐਵੇਂ ਜੁੱਤੀ ਸੰਘਾਏਗਾ ਤੂੰ ਅਸੀਂ ਲਾਸ਼ ਦੀ ਡਿਸਰਿਸਪੈਕਟ ਨਹੀਂ ਹੁੰਦੇ ਨੀ ਉਹ ਕਿਤੇ ਨਹੀਂ ਡਿਸਰਿਸਪੈਕਟ ਹੁੰਦੀ ਨਾ ਤੂੰ ਉਹਦੀ ਨਬਜ਼ ਚੈੱਕ ਕੀਤੀ ਨਾ ਤੂੰ ਉਹਦੇ ਸਾਹ ਵੇਖਿਆ ਤੂੰ ਤੇ ਉਹਨੂੰ ਉਦਾਂ ਹੀ ਲਾਸ਼ ਬਣਾਤਾ ਸੰਘਾ ਲੈਣ ਦਾ ਜੇ ਕਹਿੰਦਾ ਤੇ ਜੁੱਤੀ ਨਹੀਂ ਨਹੀਂ ਠੀਕ ਆ ਮੈਂ ਲਓ ਕਰੋ ਗੱਲ ਜੁੱਤੀ 5 ਫੁੱਟ ਦੂਰ ਸੀ ਤੇ ਉੱਠ ਕੇ ਖਲੋ ਗਿਆ ਜੇ ਇਹਨੂੰ ਸੰਘਾ ਦਿੰਦੇ ਨਾ ਇਹਦੇ ਪੁਰਾਣੇ ਦੁੱਖ ਦਲਿੱਦਰ ਵੀ ਕੱਟੇ ਜਾਣੇ ਮੈਂ ਕਹਿੰਦਾ ਫੜੋ ਇਹਨੂੰ ਸੰਘਾ ਹੀ ਦਈਏ ਸਾਰੀ ਉਮਰ ਇਹਦੇ ਲੱਗੇ ਕਰੋਨਾ ਨਾ ਆਊਗਾ ਨਹੀਂ ਨਹੀਂ ਹੁਣ ਮੈਂ ਠੀਕ ਆ ਫਿਰ ਵੀ ਕੋਈ ਕਸਰ ਲੱਗੇ ਨਾ ਤਾਂ ਦੱਸ ਦਿਓ ਜੁੱਤੀ ਹਾਜ਼ਰੇ ਆ ਮੇਰੀ ਤੁਹਾਡੇ ਲਈ ਉਹ ਤੂੰ ਤੇ ਲਾਸ਼ ਲਾਸ਼ ਕਰਦਾ ਸੀ ਆਹ ਤੇ 1 ਮਿੰਟ 'ਚ ਉੱਠ ਖਲੋਤਾ ਇਹ ਕੋਈ ਕਰਾਮਾਤ ਹੀ ਹੋਈ ਆ ਵੀਰ ਜੀ ਟੁੱਟੀ ਗੰਢੀ ਉਹਨੇ ਹੈ ਨਹੀਂ ਸੀ ਉੱਦਾਂ ਵਿੱਚ ਇਹ ਉਹ ਕੱਖ ਨਹੀਂ ਹੋਇਆ ਇਹਨੂੰ ਨਾਲੇ ਸਾਰੀ ਗੱਲ ਸਮਝ ਗਿਆ ਮੈਂ ਤੁਹਾਡੀ ਕੀ ਤੁਸੀਂ ਭਾਨੇ ਨੂੰ ਫਸਾਉਣ ਨੂੰ ਫਿਰਦੇ ਆ ਉਹ ਜਾ ਬਾਬਾ ਬਦਨਾਮ ਨਾ ਕਰ ਭਾਨਾ ਇਹਨਾਂ ਠੁੱਸ ਪਟਾਕਿਆਂ ਨਾਲ ਨਹੀਂ ਫਸਣਾ ਭਾਨੇ ਨੂੰ ਇੱਕੋ ਬੰਦਾ ਫਸਾ ਸਕਦਾ ਜਿਹੜਾ ਉਹਦੀਆਂ ਸਾਰੀਆਂ ਕਾਲੀਆਂ ਕਰਤੂਤਾਂ ਨੂੰ ਜਾਣਦਾ ਉਹ ਕੌਣ ਆ ਉੱਚੇ ਪਿੰਡ ਦਾ ਜੈਲਦਾਰ ਬਖਤਾਵਰ ਜੰਗ ਉਹ ਪਹਾੜ ਜਿੱਡਾ ਜਿਗਰਾ ਆ ਬੰਦੇ ਦਾ ਜਿਹੜੀ ਇੱਕ ਵਾਰੀ ਜ਼ਬਾਨ ਤੋਂ ਗੱਲ ਕਰ ਲੈਂਦਾ ਨਾ ਸੂਰ ਦੇ ਇੱਧਰੋਂ ਉੱਧਰ ਹੋਜੂ ਪਰ ਉਹ ਜ਼ਬਾਨੋਂ ਨਹੀਂ ਮੁੱਕਰਦਾ ਇਸ ਵੇਲੇ ਭਾਨੇ ਦਾ ਸਭ ਤੋਂ ਵੱਡਾ ਦੁਸ਼ਮਣ ਉਹੀ ਆ ਅਤੇ ਜੇ ਕਿਤੇ ਉਹਨੇ ਤੁਹਾਡੀ ਬਾਂਹ ਫੜਦੀ ਨਾ ਫਿਰ ਤਾਂ ਰੱਬ ਵੀ ਚਾਹੇ ਤਾਂ ਭਾਨੇ ਨੂੰ ਬਚਾ ਨਹੀਂ ਸਕਦਾ ਪਰ ਉਹ ਮਿਲੂਗਾ ਕਿੱਥੇ ਉਹ ਜ਼ਿਆਦਾਤਰ ਮੋਟਰ 'ਤੇ ਹੁੰਦਾ ਆ ਮਿਹਰਬਾਨੀ ਤੇਰੀ ਯਾਰ ਪਰ ਇਹ ਗੱਲ ਕਿਸੇ ਨੂੰ ਦੱਸੀ ਨਾ ਉਹ ਜਾਓ ਜਾਓ ਮੌਜਾਂ ਕਰੋ ਮੈਂ ਨਹੀਂ ਦੱਸਦਾ ਉਹ ਤੂੰ ਤਾਂ ਨਾ ਇਹ ਮਰਨ ਦੀ ਐਕਟਿੰਗ ਬੜੀ ਵਧੀਆ ਕਰਦਾ ਵਾ ਅਸੀਂ PGI ਵਾਲੇ ਵੀ ਜਵਾਬ ਦੇ ਦੇਣਗੇ ਇਹਨੇ ਤਾਂ 1 ਮਿੰਟ ਨਹੀਂ ਕੱਢਿਆ ਜੁੱਤੀ ਵੇਖੀ ਉਹਦੀ ਜੇ ਉਹ ਸੰਘਾ ਜਾਂਦਾ ਨਾ ਮੈਂ ਸੱਚੀ ਕੋਮਾ ਚੱਲ ਜਾਣਾ ਸੀ ਮੈਂ ਨਹੀਂ ਕਰਦਾ ਇਹੋ ਜਿਹੇ ਪੁੱਠੇ ਕੰਮ ਮੈਨੂੰ ਪਿੰਡ ਛੱਡ ਗਿਆ ਅੱਡੀਆਂ ਨੂੰ ਥੁੱਕ ਲਾ ਕੇ ਤਾਂ ਨਹਿਰੇ ਨਹਿਰੀ ਹੋ ਜਾ ਜਿੰਨੀ ਛੇਤੀ ਮੇਰੀ ਨਜ਼ਰਾਂ ਤੋਂ ਦੂਰ ਹੋ ਜਾਏਗਾ ਉਨਾ ਹੀ ਚੰਗਾ ਹੀ ਤੇਰੇ ਲਈ ਉਹਦੇ ਕੋਲ ਤਾਂ ਬਚ ਗਿਆ ਮੇਰੇ ਕੋਲ ਨਹੀਂ ਉਹ ਬਚਦਾ ਜਾ ਜਾ ਗੁੱਡੀਆਂ ਗੱਡੀਆਂ ਲੁੱਟ ਜਾ ਕੇ ਬਾਬੂ ਜੀ ਠੀਕ ਹੈ ਜੀ ਬਖਤਾਵਰ ਦੀ ਬੰਬੀ ਕਿੱਥੇ ਕੁ ਜੀ ਉਹ ਸਾਹਮਣੇ ਜੀ ਉੱਥੇ ਹੀ ਹੋਣਾ ਜੀ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਧਰ ਆਏ ਜੇ ਅਸੀਂ ਜੀ ਆਏ ਹਾਂ ਪਿੰਡ ਢਪਾਈਆਂ ਤੋਂ ਤੁਸੀਂ ਭਾਨੇ ਬਾਰੇ ਤਾਂ ਜਾਣਦੇ ਹੀ ਹੋਣੇ ਆ ਬਸ ਉਹਨੂੰ ਹੀ ਲੂਣ ਦੇਣ ਆਏ ਹਾਂ ਲੂਣ ਲਿਆਂਦਾ ਜੇ ਨਾਲ ਉਹ ਲੂਣ ਨਹੀਂ ਦੂਜਾ ਲੂਣ ਪਾਕਿਸਤਾਨੀ ਨਹੀਂ ਨਹੀਂ ਉਹ ਲੂਣ ਨਹੀਂ ਜਿਹੜਾ ਲੂਣ ਨਹੀਂ ਹੁੰਦਾ ਮੱਤ ਦੇਣ ਵਾਲਾ ਸਿੱਧਿਆਂ ਕਰਨ ਆਏ ਉਹਨੂੰ ਅਸੀਂ ਯਾਰ ਬਾਜ਼ਾਰ ਤਾਂ ਹੀ ਨਾ ਪਾਈ ਜਾ ਖੁੱਲ੍ਹ ਕੇ ਦੱਸ ਉਹ ਲੂਣ ਨਹੀਂ ਦੂਜਾ ਲੂਣ ਜਿਹੜਾ ਮੱਤ ਦੇਣ ਵਾਲਾ ਨਹੀਂ ਹੁੰਦਾ ਸਿੱਧਾ ਕਰਨ ਆਏ ਉਹਨੂੰ ਯਾਰ ਤੈਨੂੰ ਖੁੱਲ੍ਹਣ ਨੂੰ ਨਹੀਂ ਕਿਹਾ ਗੱਲ ਖੁੱਲ੍ਹ ਕੇ ਦੱਸ ਗੱਲ ਇਹ ਜੀ ਕਿ ਭਾਨੇ ਨੇ ਸਾਨੂੰ ਪੁਲਿਸ ਕੋਲ ਫਸਾਇਆ ਨਾਲੇ ਸਾਥੋਂ ਪੈਸੇ ਖਾਧੇ ਆ ਅਤੇ ਨਾਲੇ ਸਾਡੀ ਬੇਇੱਜ਼ਤੀ ਕਰਾਈ ਆ ਬਸ ਉਹਦੇ ਕੋਲ ਬਦਲਾ ਲੈਣ ਆਏ ਹਾਂ ਅਤੇ ਤੁਹਾਡੇ ਕੋਲ ਮਦਦ ਲੈਣ ਆਏ ਹਾਂ ਭਾਨਾ
बचपन का यार सी मेरा, कट्ठियां रोटी खानी, कट्ठियां खेडना, कट्ठियां स्कूले जाना। फिर वह मास्टर का खबरी बन गया तो बच्चों नू कुट पौनी शुरू कर दी। तुम मैं मगरों लड्डू लड्डू आते जे उठो दो जने दवा तुम लड्डू का स्वाद उठो उठो बड़ा मुर के वड्डा होया तो पुलिस का खबरी बन गया फिर लोगों नू फसाना शुरू करता। मैं रोकण की कोशिश की उन्हें मैनू फसाता क्योंकि वो सरकारे दरबारे चलती सी 5 लाख रुपया दे के छुट्टा मैं हूँ। तुहानू चिंता करन दी लोड़ नहीं आ वीर जी, हुण जिन्नी भाने दी सरकारे दरबारे चलती है ना उहनू 70 ना गुणा कर लो उन्नी साडी चलदी आ। सानू कानून की पूरी शह आ, ये समझ लो कि सानू भेजा ही कानून ने आ कि भाने खिलाफ एक प्रूफ लैके आओ वेख्यो किदां इहदी बाकी जिंदगी जेल च लंघदी। बस फिर मैनू भी एक मौके की लोड़ थी कि मैनू एक मौका मिले तो मैं भाने को बदला लै सकां। मैं दसूं पुलिस नूं इहदियां सारियां करतूतां, बई अल्टो गड्डी ते मोटरसाइकल दोवें चोरी दी ऐद को। बस फिर वीर जी बहाना नहीं बचदा, पर एक गल जी सानू धोखा ना दे जिओ, जबान ते रहो। मेरी जबान बारे पता करना ना ते लागे बन्ने दे 20 पिंडां को जाके पता करो, उत्थों दा हरेक बंदा ये गल कहिंदा कि साडी जबान बखतौरे दी जबान। जे मेरी जबान उन्हां वढ भी दित्ती ना ते वढी हुई जबान भी तुहाडे हक च भुगतूगी। अणख सुनी जी कभी? हाँ जी हाँ जी, विखावे भी कुट कुट के दमूसिया ने अणख भरी है मेरे च, उतले लैवल का जमीर है मेरा। लै लगता हम टिकाने पहुँच गए अपना भाई ना, गलबात ही बहुत आ। कोई नहीं अही भी तुम दस दें अपन पावर मिलते अपना। ठीक है मुड़ियो। ठीक है जी, सत श्री अकाल। ये रोलू भाने की कुत्ती मिलते होने। हाँ भाने, एस एच ओ कालगढ़ बोलना। वेख कां तो मैनू लभा नहीं सुना दे, इस करके तेनू फोन लाया। एक मिनट तो पहला पहला थाने हाजिर हो जाओ। जी जनाब। ओ मामा फोन तो कट्टन देना ही, कदे चिराग वाला जिन तू तो नहीं? हुक्म जनाब। हुक्म नहीं, तेरे खिलाफ़ शिकायत आई है चोरी की, तो मेरे को गवाह भी है। हाँ जी जनाब, इन्हें मेरे सामने चोरी की है जी। इन को गड्डी भी चोरी दी है, मोटरसाइकिल भी चोरी का। जनाब एक कोरा झूठ आ ना, हुण तू पुलिस नूं दसेंगा भी झूठ की है तो सच की है, जा जाके मोटरसाइकिल कागज लै गया। जनाब कोई विचला हल कढ़ गई। वह तू पुलिस नूं रिश्वत देने की कोशिश कर रहा, इहदा तेरे ते केस वक्खरा पावांगे। मोटरसाइकिल की चाबी फड़ा, चाबी फड़ा। जनाब ये बंदा अपने पिंड का आ, आपां इहदे नाल धक्का नहीं हो देना। रुपया 20,000 होर दवा दे छड़ देने। नहीं जनाब, 20,000 रुपया तो बहुत ज़्यादा धक्का होना जे, कोई साडा भी इतमान करो ना। रुपया 19,500 50 होर घटा लेंदा ना तो मौजा ही लग जानी है। अच्छा बी दियो एक मिनट, आप इन छला दे दिए, छला मैनू यदा लगता कीमत किन्नी क रीजना लिया अगले ने। फड़ ओए उंगल च पा के तो घुमाई जा। चल बह, तेरी तो मैं करावा, बह जा बह जा। ओ गुलशन जी जनाब। इधर जी जनाब। ये तो चोरी, हेरा फेरी, गुंडागर्दी, रिश्वत देन दे, जिन्हें भी केस बनते हैं सारे इतने ठोक। इनू भी तो पता लगे भी तो ईमानदार अफसर ना वाह पिया, सियाण ने एवें नहीं किया, 100 दिन चोर का तो 1 दिन साध का, तेरा तो साध वाला दिन आ गया। मोटरसाइकिल जब्त करो यदा, तो घरों जाके कार भी लैके आओ। चलो ठीक है जनाब। जनाब रोटी लग गई, खा लो आके। अज मेरे भरा आए आ, अज अं कट्ठे रोटी खावे, तू रोटी इतने लैके आ, मैं हाथ धो के आना। ठीक है जनाब। खानी तू ही रोटी हो, खा ला मुड़के तो तू जेल दियाँ खानी। A few moments later। आ जनाब रोटी लग गई जे, आ जाओ। ओ इन्हां दी भी रोटी राटी लियाओ।
और पाल इधर। हाँ जी जनाब। यार दाल बनाई है कि गोल गप्पे की कांजी? वो दाल सब्जी तो चज दी बना लिया करो यार, इस तरह की दाल खा के तो मैं बन गया बाजी राव, तो ही मेरी बाजी लवाओगे? ओ जनाब मैं नहीं मंगाई है, मुंशी ने मंगाई है। मुंशी ने भी पता नहीं, तू जा बाकी रोटी रोटी बंद कर। ओ गुलशन जी जनाब। ओ यार आया गया तो वेख लिया करो, आ को दाल है जनाब। इधर आए माड़ा जा, गल करनी तुहाडे नाल कोई। मैंने ख्याल खुंबा तो रहेगा, अः तुम खुंबा खा लेने ना? हाँ जी हाँ जी। बस ठीक है फिर, मैं एक मिनट गल करके आया, तुम रेडी हो? कोई नहीं कोई नहीं। हाँ दस। दसना की है जनाब, हूँ तो इदा की दाल ही खानी पौ, तुम तो बंदा ही गलत फड़ लिया जनाब। ओ यार बंदे का दाल ना की संबंध है? वह बहुत गूढ़ा संबंध है जनाब। वो इस बंदे ने पिछले साल उन्होंने चार मंजिला कोठी पवा के दी है, तो नाले शहर च चोटी का प्लाट दवाया, तो एक तुहाडे रिश्तेदार आ जाते मलंग जे हथ लमकाउंदे, वो ये तो जनाब कदे केलियां दी दर्जन नहीं लिया साडे लई, तो इस बंदे करके जनाब थाने च हर दूजे दिन मुर्गा रिजदा सी, चौथे दिन बकरा। तुसीं तां सानू वी लै डुब्बे जनाब, आ बीमारां वाली दाल खवा खवा। अच्छा तो मसला सेहत नाल जुड़िया? सेहत दे मामले च मैं कोई समझौता नहीं करना। दस फिर करना की है? करना की है जनाब, अद्धा घंटा दे दिओ मैनूं, वेखो फिर शाम नूं बकरे दीआं सीटियां वजदीआं। वेखी यार कित बकरे दीटिया के चक्कर इन्ह दीक ज़्यादा पवा दी, मेरी मासी का मुंडा आ शाम तक इन्होंने लामा आ जाए मैं। बेफिक्र रहो जनाब, कुछ नहीं होंगे। चल फिर पा दे कार्रवाई। ओ हरपाल इधर ले जा यार। लो बई धरती मुंशी जी ने खुंबा, बस 10-15 मिनट लगन गए, उन्होंने चेर आप गल बात मार दे। इतें ही हैं जनाब, अं कि जाना खुंबा खा के जावे, ये खुंब ठपा के जावे। जनाब आ गवाह दे बयान कर लिया दर्ज जी अंदर वाले रजिस्टर च? हाँ 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 चलो आओ जी जाओ। आ गया वो कार्रवाई जरूरी है फिर, कागजी कार्रवाई भी करनी पैंदी है। नहीं नहीं जी जरूरी जरूरी के प्रूफां दे नाल ही बंदा मारो। हाँ बयान नोट करने पैंदे है ना? ओह कोई नहीं कोई नहीं, मेरा ख्याल बयान वाला रजिस्टर डिग पाया मुंशी तो। होर सुनाओ? बस वधिया जी। हाँ ठीक ठाक। हाँ काम कुम चलन डिया होना? हाँ वो बयान लिखता ना कई बार रजिस्टर हथों जा पैंदा थले, आवाजा उवाजा आउंदियां ने, कोई घबराउण दी लोड़ नहीं। हाँ भी गुलशन हो गए सही सही बयान नोट? हाँ जी जनाब हो गए जी। बह जाओ बह जाओ, हुण तुहाडे बाहरले रजिस्टर दे बयान नोट करते। बस बैठे जनाब, बैठे ही गए होने, जी जी नहीं करन दिया बहन नूं, इदां खलोते खलोते ही कर लो जी बयान। अच्छा चलो लिखाओ फिर। ये भन्ना गया वा गड्डी दे कोल, ते इहने जाके चाबी लाई आ, फिर चाबी लाई आ, फिर लाई आ ते गड्डी लै गया, ते जाके अपनी कुड़ी नूं देती है गड्डी, ते कुड़ी ने जिदां ही खेडना शुरू कीता है जी, ते गड्डी दीआं लाइटां जग पईआं। ਉਹ ਦੁਕਾਨਦਾਰ ਆਇਆ ਫਿਰ ਇਹਦੇ ਕੋਲ, ਤੇ ਇਹਨਾਂ ਦੀ ਆਪਸੀ ਕੋਈ ਬਹਿਸਬਾਜੀ ਹੋਈ ਹੈ ਜੀ, ਮੈਂ ਤੇ ਫਿਰ ਚਲ ਗਿਆ, ਮੈਨੂੰ ਤੇ ਇੰਨਾ ਕੁ ਪਤਾ ਜੀ। ਜਨਾਬ ਉਹ ਮੇਲੇ 'ਚ ਮਾੜੀ ਜਿਹੀ ਗੱਲ ਹੋਈ, ਉਹ ਤੇ ਉਦੋਂ ਮੋਗੀ। ਹਾਂ ਮੇਲੇ ਦੀ ਗੱਲ ਹੀ ਮਿੱਟੀ ਪਾਓ ਜਨਾਬ। ਐਵੇਂ ਮਿੱਟੀ ਪਾਓ ਸਾਡੇ ਕੀਤੇ ਕਿਰਾਏ ਦੇ? ਓਏ ਉਹ ਗੱਡੀ ਦੱਸ ਜਿਹੜੀ ਇਹਦੇ ਘਰ ਖਲੋਤੀ ਆ। ਕਿੱਦਾਂ? ਓਏ ਉਹਦੀ ਵੱਡੀ ਕਾਰ ਜਿਹੜੀ ਲੈ ਕੇ ਗਿਆ ਸੀ ਅਲਟੋ। ਕਿਹਨੂੰ? ਅਜੇ ਦੇਖੋ ਬੜੇ ਨੇ ਗ੍ਰੈਮਰੇ ਲੱਗੀ ਆ ਵੀਰੋ, ਅਣਖ ਕੁੱਟ ਕੁੱਟ ਕੇ ਜਿਹੜੀ ਦਮੂਸਿਆ ਨਾਲ ਭਰੀ ਆ ਉਹ ਅਣਖ। ਹਾਂਜੀ ਹੋਰ ਤੁਸੀਂ ਕੋਈ ਬਿਆਨ ਨੋਟ ਕਰਾਉਣਾ? ਉਹ ਭਰਾਵਾ ਜਿਹੜੀ ਅਲਟੋ ਕਾਰ। ਓਏ ਅਲਟੋ ਕਾਰ ਦੀ ਗੱਲ ਨਹੀਂ ਕੀਤੀ ਤੂੰ? ਉਹ ਜਨਾਬ ਅਲਟੋ ਨਹੀਂ ਜੀ, ਮੈਂ ਐਲ ਐਲ ਤੋਂ ਕਿਹਾ ਸੀ ਐਲ ਤੋਂ, ਉਹ ਲੰਮੀ ਜੀ ਕਾਰ ਨਹੀਂ ਹੁੰਦੀ ਜੀ? ਅੱਛਾ ਅੱਛਾ ਲਿਮੋਜ਼ਿਨ। ਹਾਂ ਉਹੀ ਉਹੀ ਮਰੂਤੀ। ਚੰਗਾ ਜਨਾਬ ਮੈਨੂੰ ਦੋ ਜੀ ਫਿਰ ਛੁੱਟੀਆਂ, ਮੈਂ ਨਿਕਲਾਂ ਲੋ ਲਿਆ, ਮੇਰੇ ਤਾਂ ਕੰਮ ਬੜੇ ਪਏ ਜੀ ਕਰਨ ਵਾਲੇ। ਤੁਸੀਂ ਨਿਕਲੋ, ਜੇ ਫਿਰ ਕਦੇ ਬਿਆਨ ਨੋਟ ਕਰਨ ਦੀ ਲੋੜ ਪਈ ਤਾਂ ਤੁਹਾਨੂੰ ਥਾਣੇ ਸੱਦਾਂਗੇ। ਹੈ ਠੀਕ ਹੈ ਜਨਾਬ। ਲਓ ਜਨਾਬ ਆਹ ਤਾਂ ਗੱਲ ਹੀ ਹੋਰ ਨਿਕਲੀ, ਐਵੇਂ ਭਲੇ ਮਾਨਸ ਬੰਦੇ ਨੂੰ ਫਸਾਉਣ ਲੱਗੇ ਸੀ, ਇਹਨਾਂ ਦੇ ਤਾਂ ਮਾਣਾ ਨਹੀਂ ਦਾ ਪਰਚਾ ਚਾਹੀਦਾ ਜਨਾਬ। ਹਾਂ ਜਨਾਬ ਲਿਖੋ ਮੇਰੇ ਵੱਲੋਂ ਦਰਖਾਸ਼ਤ ਤੇ ਕਰੋ ਇਹਨਾਂ ਦੇ ਪਰਚਾ। ਕਿਹੜਾ ਪਰਚਾ? ਸਾਨੂੰ ਤਾਂ ਗਵਾਹ ਨੇ ਕਿਹਾ ਤੁਸੀਂ ਆਏ ਹਾਂ। ਦੇਖੋ ਬਈ ਗਵਾਹ ਤੁਹਾਡੇ ਖਿਲਾਫ਼ ਬਿਆਨ ਕੋਈ ਹੋਰ ਹੀ ਦੇ ਗਿਆ, ਮਾਣਾ ਨਹੀਂ ਦਾ ਪਰਚਾ ਤਾਂ ਬਣਦਾ ਵੀ। ਗੁਲਸ਼ਨ ਕਰੋ ਪਰਚੇ ਦੀ ਤਿਆਰੀ। ਕਿਹੜੀ ਮਾਣਾ ਨਹੀਂ ਜਨਾਬ, ਮਾਣਾ ਨਹੀਂ ਤਾਂ ਉਹਦੀ ਹੁੰਦੀ ਜਿਹਦਾ ਕੋਈ ਮਾਣ ਹੋਵੇ।
ਕੰਜਰ ਜਿਹਾ ਬੰਦਾ ਹੈ, ਮੇਰੇ ਨਾਲ ਪਿੰਡ ਜਾ ਕੇ ਵੇਖ ਲਓ, ਇਕੱਲਾ ਇਕੱਲਾ ਘਰ ਖੋਲੋ, ਇਹਦੀ ਢੇਲੇ ਦੀ ਇੱਜ਼ਤ ਨਹੀਂ ਜੇ ਪਿੰਡ 'ਚ। ਵੇਖੋ ਭਾਈ ਸਾਹਿਬ, ਪਿੰਡ ਦੇ ਵਿੱਚ ਇੱਜ਼ਤ ਹੋਵੇ ਨਾ ਹੋਵੇ, ਕਾਨੂੰਨ ਦੀਆਂ ਨਜ਼ਰਾਂ 'ਚ ਸਭ ਦੀ ਇੱਜ਼ਤ ਹੁੰਦੀ ਹੈ, ਇਹਨਾਂ ਦੀ ਵੀ ਹੈਗੀ ਹੈ। ਜਨਾਬ, ਕਾਨੂੰਨ ਨੂੰ ਵੀ ਤਾਂ ਤੁਸੀਂ ਦੱਸਣਾ ਵਾ, ਇੱਥੇ ਲੈ ਛੱਡੋ ਕਿ ਬੰਦਾ ਚਵਲੀ ਆ। ਜਨਾਬ, ਕਦੀ ਚਵਲ ਕਦੀ ਕੰਜਰਾਂ ਦਾ, ਮੈਂ ਪਰਚਾ ਕਰਾ ਕੇ ਹੀ ਜਾਣਾ ਇੱਥੇ ਹੁਣ। ਗੋਪੀ, ਧਰਾਵਾਂ ਤੁਹਾਡੇ 'ਤੇ ਵੱਧਦੀਆਂ ਜਾ ਰਹੀਆਂ, ਅਤੇ ਇਹ ਤੋਂ ਪਹਿਲਾਂ ਕਿ ਕੰਮ ਹੋਰ ਖਿਲਰ ਜੇ, ਆਪਾਂ ਗੱਲ ਅੱਗੇ ਨਹੀਂ ਵਧਣ ਦੇਣੀ, ਇੱਥੇ ਮੁਕਾਉਣੀ। ਕਰੋ ਵਿਧੀ ਹੱਲ ਫਿਰ। ਵੇਖੋ ਭਾਨਾ ਜੀ, ਤੁਸੀਂ ਉਹ ਪਿੰਡ ਦੇ ਮੋਹਤਵਾਰ ਬੰਦੇ, ਅਤੇ ਇੱਧਰ ਇਹ ਆਪਣੇ ਰਿਸ਼ਤੇਦਾਰ, ਆਪਾਂ ਗੱਲ ਪਰਚੇ ਤੱਕ ਨਹੀਂ ਲੈ ਕੇ ਜਾਣੀ, ਇੱਥੇ ਖਤਮ ਕਰਨੀ ਹੈ। ਦੱਸੋ ਕਿਵੇਂ ਕਰੀਏ? ਤੁਹਾਡਾ ਕਹਿਣਾ ਤਾਂ ਆਪਾਂ ਮੋੜ ਨਹੀਂ ਸਕਦੇ, 20,000 ਰੁਪਈਆ ਅਤੇ 20-20 ਪਟੇ ਮਰਾ ਦਿਓ ਇਹਨਾਂ ਦੇ, ਆਪਣਾ ਫੈਸਲਾ ਹੀ ਆ। ਐਂ ਕਹਿੰਦਾ ਪਟੇ ਮਰਾ ਦੇਗਾ ਤੂੰ, ਇਹ ਖਾਲਾ ਜੀ ਦਾ ਵਾੜਾ, ਦੱਸੋ ਵੀਰ ਜੀ ਇਹਨੂੰ। ਵਾਹ ਭਾਨਾ ਜੀ ਵਾਹ, ਤੁਸੀਂ ਮੁੰਡੇ ਨੂੰ ਮਾਮੂਲੀ ਜੀ ਸਜ਼ਾ ਦੇ ਕੇ ਮਾਫ ਕਰਤਾ ਜੀ, ਕਿਆ ਉੱਚੀ ਸੋਚ ਹੈ ਤੁਹਾਡੀ, ਮਰੀਦ ਹੋ ਗਿਆ ਮੈਂ ਤੁਹਾਡਾ, ਮਾਮੂਲੀ ਹੈ ਵੀਰ ਜੀ। ਗੋਪੀ, ਤੁਸੀਂ ਇੱਕ ਮਿੰਟ ਮੇਰੇ ਨਾਲ ਗੱਲ ਸੁਣੋ। ਭਾਨਾ ਜੀ ਤੁਸੀਂ ਬੈਠੋ, ਆਇਆ ਮੈਂ। ਗੱਲ ਸੁਣੋ ਮੇਰੀ, ਅੱਜ ਗਵਾਹ ਆਪਣੇ ਵੱਲ ਦਾ ਜੀ, ਜੇ ਕੱਲ੍ਹ ਦਿਹਾੜੇ ਮੁੱਕਰ ਗਿਆ ਨਾ, ਤੁਸੀਂ ਵੱਜੇ ਨਹੀਂ ਜੇ ਛੁੱਟਣਾ, ਫਿਰ ਕਹੋਗੇ ਮੈਂ ਦੱਸਿਆ ਨਹੀਂ। ਅਕਰ ਕੋ 20,000 ਰੁਪਈਆ ਅਤੇ 20-20 ਪਟੇ ਤਾਂ ਕੁਛ ਵੀ ਨਹੀਂ, 2-4 ਪਟਿਆਂ ਦੀ ਪੀੜ ਹੋਣੀ, ਉਹ ਤੋਂ ਮੁੜ ਕੇ ਮਾਸ ਸੌਂ ਜਾਣਾ, ਬਾਕੀਆਂ ਦਾ ਤੁਹਾਨੂੰ ਮਾਸਾ ਪਤਾ ਨਹੀਂ ਜੇ ਲੱਗਣਾ, ਫਿਰ ਭਾਵੇਂ ਅੱਗੇ ਬਹਿ ਕੇ ਰਸ ਖਾਈ ਚੱਲੇ। ਜਨਾਬ, ਰਸ ਵੀ ਖਾਣੇ ਪੈਣੇ? ਰਸ ਨੂੰ ਯਾਰ ਤੂੰ ਬਰਬਾਦ ਫੇਰੀ 'ਤੇ ਆਇਆ, ਯਾਰੀ ਗੱਲ 'ਚ ਵੀ ਉੱਕਾ ਰਸ ਨਹੀਂ, ਕਿੱਥੋਂ ਲੈ ਕੇ ਆਇਆ ਇਹਨੂੰ? ਵੀਰ ਜੀ, ਹੁਣ ਤੁਸੀਂ ਸਾਡੇ ਪੱਟੀ ਮਾਰੋਗੇ? ਨਾ ਮੇਰਾ ਵੀਰ, ਨਾ ਅੱਜ ਇਹ ਗੱਲ ਕਹਿ ਤੀ, ਮੁੜ ਕੇ ਨਾ ਗੱਲ ਕਹੀ, ਯਾਰ ਆਪਣਾ ਖੂਨ ਦਾ ਰਿਸ਼ਤਾ, ਮਸੇਰ ਹਾਂ ਆਪਾਂ, ਮੇਰੇ ਹੱਥ ਟੁੱਟ ਜਾਣ ਜੇ ਮੈਂ ਤੈਨੂੰ ਪਟੇ ਮਾਰਾਂ ਤਾਂ। ਪਟੇ ਮਾਰਨ ਦਾ ਕੰਮ ਤਾਂ ਗੁਲਸ਼ਨ ਹੋਰਾਂ ਦਾ, ਪਟੇ ਛੋਟੇ ਵੀਰ ਤੁਹਾਡੇ ਉਹੀ ਮਾਰਨਗੇ, ਮੈਂ ਤਾਂ ਮੂੰਹ ਵੀ ਪਾਸੇ ਕਰ ਲੈਣਾ, ਮੇਰੇ ਤੋਂ ਨਹੀਂ ਵੇਖਿਆ ਜਾਣਾ। ਜਨਾਬ, ਤੁਸੀਂ ਸਾਡੇ ਪਟੇ ਮਾਰਨੇ ਮਾਰਨੇ ਆ, ਤੁਸੀਂ ਕਿਤੇ ਸੁੱਖ ਬੈਠੇ ਜੇ ਕਿ ਜੇ ਤੁਸੀਂ ਨਾ ਮਾਰੇ ਤਾਂ ਗੁਨਾਹਗਾਰ ਹੋ ਜਾਓਗੇ, ਪਰ ਔਰਾਂ ਕਿਤੇ ਮਾਰ ਦਿਓ, ਅਸੀਂ ਚੀਕਾਂ ਮਾਰੀ ਜਾਵਾਂਗੇ ਅੰਦਰੋਂ। ਉਹ ਬੱਲੇ ਆ ਤੇਰੇ, ਤੇਰੀਆਂ ਚੀਕਾਂ ਦੇ ਚੱਕਰ 'ਚ ਮੈਂ ਆਪਦੇ ਤਾਰੇ ਪਟਾਲਾਂ, ਚੋਣ ਜਾਬਤਾ ਲੱਗਾ ਹੋਇਆ, ਸਾਨੂੰ ਇਕੱਲੀ ਇਕੱਲੀ ਚੀਜ਼ ਦਾ ਹਿਸਾਬ ਦੇਣਾ ਪੈਂਦਾ। ਪਟਿਆਂ ਦਾ ਵੀ? ਹਾਂ, ਪਟਿਆਂ ਦਾ ਵੀ, ਚੀਕਾਂ ਦਾ ਵੀ, ਸਾਰੀਆਂ ਚੀਜ਼ਾਂ ਦਾ। ਵੀਰ ਜੀ, ਨਹੀਂ ਹੁੰਦਾ ਹੁਣ ਤੇਰਾ ਕਿਸੇ ਗੱਲ 'ਤੇ, ਹੁਣ ਤਾਂ ਕਿਤੇ ਧਰਤੀ ਵੇਖ ਲੈ ਜੇ ਨਾ, ਤੇ ਫਿਰ ਬਚਾ ਹੀ ਆਪਣਾ। ਏ ਟਾਈਮ ਨਾ ਬਰਬਾਦ ਕਰੋ, ਸਿਆਣੇ ਕਹਿੰਦੇ ਜਿਹਨੇ ਟਾਈਮ ਖੰਜਾਇਆ ਉਹਦੇ ਜਿਹੜਾ ਮੂਰਖ ਕੋਈ ਨਹੀਂ। ਜਨਾਬ, ਸਿਆਣੇ ਵੀ ਕਮਲੀ ਘੋਟ ਗਏ ਆ ਕੇ, ਅਸੀਂ 100 ਦਿਨ ਚੋਰ ਦਾ ਅਤੇ 1 ਦਿਨ ਸਾਧ ਦਾ, ਇੱਥੇ ਤਾਂ 100 ਦਿਨ ਚੋਰ ਦਾ ਵਾ, ਫਿਰ ਅਗਲਾ 100 ਦਿਨ ਚੋਰ ਦਾ ਵਾ, ਸਾਧਾਂ ਨੂੰ ਤਾਂ 2-4 ਮਿੰਟ ਹੀ ਮਿਲਦੇ ਆ। ਯਾਰ, ਤੁਸੀਂ 2-4 ਮਿੰਟ ਦੇ ਚੱਕਰ 'ਚ ਨਾ ਆਪਦੇ 'ਤੇ ਕੇਸ ਪਵਾ ਲੈਣਾ, ਥੋੜ੍ਹੇ ਬਹੁਤ ਪੈਸਿਆਂ ਦਾ ਜੁਗਾੜ ਕਰੋ ਜਿੰਨੇ ਵੀ ਹੁੰਦੇ ਜੀ। ਮੈਂ SSP ਸਾਹਿਬ ਨੂੰ ਕਹਿ ਕੇ ਨਾ ਕੰਪਿਊਟਰ 'ਤੇ 2-4 ਪਟਿਆਂ ਦੀ ਐਂਟਰੀ ਘੱਟ ਪਵਾ ਦਿਓ, ਪਰ ਖਾਣੇ ਤੁਹਾਨੂੰ ਪੂਰੇ ਪੈਣਗੇ, ਫਿਰ ਕਹੋਗੇ ਦੱਸਿਆ ਨਹੀਂ। ਉਹ ਜਾਂਦਾ ਜੀ, ਜਨਾਬ 2 ਮਿੰਟ ਦਿਓ ਸਾਨੂੰ, ਉਹਦੇ ਨਾਲ ਗੱਲ ਕਰ ਆਈਏ। ਜਾਓ ਯਾਰ, ਇਸੇ 2-4 ਮਿੰਟਾਂ ਦੇ ਚੱਕਰ 'ਚ ਨਾ ਹੁਣ ਤੱਕ ਤੁਹਾਡਾ ਮਾਸ ਵੀ ਸੁੰਨ ਹੋ ਜਾਣਾ ਸੀ, ਜਾਓ ਮਿਲ ਲਓ ਜਾ ਕੇ ਉਹਨੂੰ, ਬਾਹਾਂ ਆਕੜੀਆਂ ਤੁਹਾਡੀਆਂ ਉਹਦੇ ਮਿਲ। ਗੱਲ ਸੁਣ, ਤੂੰ ਚੰਗੀ ਕੀਤੀ ਸਾਡੇ ਨਾਲ ਬੁੱਢ ਬਲੇਟਾ ਜਿਹਾ, ਅਸੀਂ ਤਾਂ ਤੈਨੂੰ ਬੰਦਾ ਹੀ ਬੜਾ ਦਲੇਰ ਸਮਝਦੇ ਹਾਂ, ਤੂੰ ਇੱਕੋ ਪਟੇ ਨਾਲ ਬੁੰਦ ਲੱਗਿਆ, ਇਹੋ ਜਿਹੀ ਮੇਰਾ ਉਤਲੇ ਲੈਵਲ ਦਾ ਜ਼ਮੀਰ ਆ, ਉੱਤੇ ਬੁੱਲੇ ਪੈ ਗਿਆ ਕਿਤੇ ਜਿਹੜਾ ਥੱਲੇ ਹੀ ਨਹੀਂ ਆਇਆ, ਅਸੀਂ ਅਣਖ ਸੁਣੀ ਜੇ ਵਿਖਾਵਾਂਗੇ ਵੀ, ਉਹ ਤੇਰੀ ਕੁੱਟ ਕੁੱਟ ਕੇ ਦਮੂਸਿਆਂ ਨਾਲ ਭਰੀ ਅਣਖ ਅਤੇ ਅੰਜ ਉੱਡੀ ਜਿਹਦਾ ਕੰਜੂਸਾ ਘਰੋਂ ਕਾਵੜਦਾ ਵਾ, ਹੈ ਕਿੱਥੇ ਗਈ ਤੇਰੀ ਅਣਖ, ਸਾਨੂੰ ਪਸਾ ਕੇ ਤੇ ਆਪ ਚੱਲਿਆ। ਤਾਂ ਮੈਂ ਸੁੱਕਾ ਚੱਲਿਆ ਹਾਂ, ਅਗਲਿਆਂ ਪਹਿਲਾਂ ਹੀ ਵਾਰ ਮੇਰੀ ਅਣਖ 'ਤੇ ਕੀਤਾ, ਮੋਟਰਸਾਈਕਲ 'ਤੇ ਬਹਿਣ ਜੋਗਾ ਨਹੀਂ ਛੱਡਿਆ, ਮੈਨੂੰ ਪਤਾ ਨਾ ਘਰ ਮੈਂ ਕਿਤਨਾ ਪਹੁੰਚਣਾ, ਫੇਸਬੁੱਕ 'ਤੇ ਲੜ ਲਾ, ਇੰਸਟਾਗ੍ਰਾਮ 'ਤੇ ਲੜ ਲਾ, ਮੈਂ ਸਾਰੀ ਦਿਹਾੜੀ ਤੁਹਾਨੂੰ ਵਾਰ ਨਹੀਂ ਆਉਣ ਦੇਣਾ, ਨਹੀਂ ਕਦੀ ਕੁੱਟ ਖਾਧੀ, ਨਹੀਂ ਚਲੀ ਗਈ, ਮੈਨੂੰ ਥੋੜ੍ਹਾ ਪਤਾ ਸੀ ਵੀ ਇੰਨਾ ਸਾੜ ਪੈਂਦਾ। ਨਾਲੇ ਗੱਲ ਸੁਣੋ, ਤੂੰ ਤਾਂ ਨਾ ਕਾਨੂੰਨ ਦੀ ਸਾਨੂੰ ਸ਼ਹਿ ਆ, ਕਾਨੂੰਨ ਸਾਡੇ ਵੱਲ ਆ, ਦਾਲ ਆਉਣ ਤੋਂ ਬਾਅਦ ਕਾਨੂੰਨ ਤਾਂ ਐਂ ਬਦਲਿਆ ਜਿੱਦਾਂ ਉਮੀਦਵਾਰ ਨੂੰ ਟਿਕਟ ਨਾ ਮਿਲੇ ਤਾਂ ਪਾਰਟੀ ਬਦਲ ਦਿੰਦਾ, ਉਹ ਤੁਸੀਂ ਗਵਾਵਾਂ ਦੇ ਥਾਣੇ 'ਚ ਪਟੇ ਮਰਵਾਉਣ ਡੇ, ਜੇ ਤੁਹਾਡੇ ਨਾਲ ਮੈਂ ਕੋਰਟਾਂ ਕਚਹਿਰੀਆਂ ਚੱਲ ਜਾਂਦਾ, ਤੁਸੀਂ ਤਾਂ ਮੈਨੂੰ ਫਾਈਲ ਵਧਣਾ ਸੀ, ਜਾਂ ਤੁਰਦੇ ਉੱਥੋਂ, ਦਿਨਾਂ 'ਤੇ ਪਾਗ ਰਸਤਾ ਜੇ ਚਵਲ ਜੇ।